17 सितंबर को मनाई जा रहे विश्व प्रसिद्ध श्री सिद्ध बाबा सोडम महाराज जी के मेले के उपलक्ष्य में श्री सिद्ध बाबा सोडम ट्रस्ट एवं छोटा बिरादरी की ओर से माइनॉरिटी कमीशन पंजाब सरकार के अध्यक्ष अब्दुल बारी सलमानी श्री देवीतला मंदिर प्रबंधक कमेटी के महासचिव राजेश विज पूर्व सांसद सुशील कुमार रिंकू सीनियर बीजेपी नेता अमरजीत सिंह अमरी अशोक सरीन हिक्की जलंधर ट्रेड और मैन्युफैक्चरर एसोसिएशन के प्रधान संजीव ढिंगरा टिंकू पंचवटी मंदिर बस्ती गुजा के अध्यक्ष लकी मल्होत्रा को निमंत्रण पत्र दिया गया। इस अवसर पर चड्डा बिरादरी के चेयरमैन श्यामलाल चड्डा प्रधान विपन चड्डा बब्बी अतुल चड्डा संजय चड्डा एवं विवेक चड्डा विशेष रूप से उपस्थित रहे। जालंधर से हलचल के लिए कैमरामैन सुदेश भगत की रिपोर्ट। ਨਿਮੰਤਰਣ ਬਾਬਾ ਜੀ ਦਾ ਸਾਡੇ ਸਿਰ ਮੱਥੇ ਆ, ਅਸੀਂ ਪਰਿਵਾਰ ਸਮੇਤ ਉੱਥੇ ਮੱਥਾ ਟੇਕਣ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਵਾਂਗੇ। ਬਾਬਾ ਜੀ ਦੁੱਧ ਪੁੱਤਰ ਦੇਣ ਵਾਲੇ ਆ, ਸਾਡੀ ਬਹੁਤ ਖੁਸ਼ਕਿਸਮਤੀ ਆ ਵੀ ਅਸੀਂ ਜਿਹਨਾਂ ਦਾ ਜਨਮ ਲਿਆ ਔਰ ਬਾਬਾ ਜੀ ਦੇ ਚਰਨਾਂ 'ਚ ਰਹਿੰਦੇ ਹਾਂ। ਬਾਕੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ, ਦੇਵੀਤਲਾ ਮੰਦਰ ਕਮੇਟੀ ਵੱਲੋਂ ਵੀ ਇਹ ਮੇਲਾ ਆਪਣਾ ਸਾਰਿਆਂ ਦਾ ਸਾਂਝਾ, ਉੱਥੇ ਪਰਿਵਾਰ ਸਹੀ ਦਿਓ ਔਰ ਦੇਵੀਤਲਾ ਮੰਦਰ ਕਮੇਟੀ ਵੀ ਬਾਬਾ ਛੋਟੇ ਜੀ ਦੇ ਨਾਲ ਜੁੜੀ ਹੋਈ ਹੈ। ਜੋ ਵੀ ਸਾਨੂੰ ਚੱਡਾ ਜੀ ਬਰਾਦਰੀ ਔਰ ਸਾਡੇ ਚੇਅਰਮੈਨ ਸ਼ੀਤਲ ਵੀਰ ਜੀ ਸੇਵਾ ਲਾਉਣਗੇ, ਅਸੀਂ ਕਰਾਂਗੇ। ਧਰਮਸ਼ਾਲਾ ਸਾਰੀ ਬਾਬਾ ਛੋਟੇ ਜੀ ਵਾਸਤੇ ਖੋਲ੍ਹ ਦਿੱਤੀ ਜਾਏਗੀ, ਲੰਗਰ ਵੀ ਖਵਾਇਆ ਜਾਏਗਾ, ਪੂਰੀ ਸੇਵਾ ਕੀਤੀ ਜਾਏਗੀ। ਜੈ ਬਾਬਾ ਜੀ। ਜੀ ਭਈਆ, ਬਹੁਤ ਬਹੁਤ ਧੰਨਵਾਦ ਜੀ। ਹਮਾਰੇ ਬੱਬੀ ਚੱਡਾ ਜੀ ਕਾ ਇਹ ਹਮਾਰੇ ਸੋਡਲ ਮੰਦਿਰ ਕਮੇਟੀ ਕੇ ਪ੍ਰੈਜ਼ੀਡੈਂਟ ਹੈ, ਹਮਾਰੇ ਸੰਜੇ ਚੱਡਾ ਜੀ, ਅਤੁਲ ਚੱਡਾ ਜੀ, ਪ੍ਰਵੀਨ ਚੱਡਾ ਜੀ, ਵਿਵੇਕ ਚੱਡਾ ਜੀ, ਮੈਂ ਇਨਕਾ ਬਹੁਤ ਬਹੁਤ ਧੰਨਵਾਦ ਹੂੰ। ਇਹਨਾਂ ਨੇ ਮੇਰੇ ਕੋ ਸਲੈਕ ਸਮਝਾ, ਮੇਰੇ ਕੋ 17 ਤਾਰੀਖ ਕੋ ਜੋ ਮੇਲਾ ਸਟਾਰਟ ਹੋਣੇ ਜਾ ਰਿਹਾ ਹੈ ਉਸਕੇ ਲੀਏ ਇਨਵਾਈਟ ਕਰਨੇ ਆਏ ਹੈ, ਮੈਂ ਬਹੁਤ ਬਹੁਤ ਧੰਨਵਾਦ ਹੂੰ। ਬਟ ਮੈਂ ਅਪੀਲ ਕਰਨਾ ਚਾਹਤਾ ਹੂੰ, ਵਹਾਂ ਏਕ ਮੈਨੇਜਮੈਂਟ ਬਹੁਤ ਹੀ ਅੱਛਾ ਚਲਾ ਰਹੀ ਹੈ ਇਹ ਕਮੇਟੀ, ਔਰ ਮੈਂ ਅਪੀਲ ਕਰਤਾ ਹੂੰ ਪੂਰੇ ਪੰਜਾਬ ਕੀ ਪਬਲਿਕ ਸੇ, ਵਹਾਂ ਮੇਲੇ ਮੇਂ ਪਹੁੰਚੇ, ਵਹਾਂ ਸ਼ਿਰਕਤ ਕਰੇਂ, ਵਹਾਂ ਏਕ ਮੈਨੇਜਮੈਂਟ ਕਾ ਸਿਸਟਮ ਦੇਖੇ ਆ ਕਰ, ਕਿਉਂਕਿ ਇਹ ਇੱਕ ਇਤਿਹਾਸਿਕ ਜਗ੍ਹਾ ਹੈ। ਬਾਬਾ ਸੋਡਲ ਮੇਲਾ ਜੋ ਹੋਤਾ ਹੈ ਹਮਾਰੇ ਪੰਜਾਬ ਮੇਂ ਨੰਬਰ 1 ਮੇਲਾ ਹੋਤਾ ਹੈ, ਤੋ ਮੈਂ ਸਭੀ ਸੇ ਅਪੀਲ ਕਰੂੰਗਾ ਵਹਾਂ ਪਰ ਸਭੀ ਸ਼ਰਧਾਲੂ ਜ਼ਿਆਦਾ ਸੇ ਜ਼ਿਆਦਾ ਸੰਖਿਆ ਮੇਂ ਵਹਾਂ ਪਹੁੰਚੇ। ਬਹੁਤ ਬਹੁਤ ਧੰਨਵਾਦ। ਸ਼੍ਰੀ ਸਿੱਧ ਬਾਬਾ ਸੋਡਲ ਜੀ ਮਹਾਰਾਜ, ਉਹਨਾਂ ਦਾ ਹਰ ਸਾਲ ਦੀ ਤਰ੍ਹਾਂ ਜਿਹੜਾ ਭੰਡਾਰਾ ਆਇਆ ਹੈ ਮੇਲਾ, ਇਸ ਸਾਲ ਵੀ ਬੜੇ ਚਾਵਾਂ ਔਰ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ, ਜਿਹਦੇ ਲਈ 15 ਸਤੰਬਰ ਵਾਲੇ ਦਿਨ ਜਿਹੜੀ ਹੈ ਝੰਡੇ ਦੀ ਰਸਮ ਹੋਏਗੀ, ਉਸ ਤੋਂ ਬਾਅਦ 17 ਸਤੰਬਰ ਨੂੰ ਮਹਾਰਾਜ ਦਾ ਜਿਹੜਾ ਮੇਲਾ ਉਹ ਬੜੇ ਚਾਵਾਂ ਔਰ ਸ਼ਰਧਾ ਦੇ ਨਾਲ ਮਨਾਇਆ ਜਾਏਗਾ। ਸ਼੍ਰੀ ਸਿੱਧ ਬਾਬਾ ਸੋਡਲ ਜੀ ਜਿਨ੍ਹਾਂ ਦਾ ਜਿਹੜਾ ਆਸ਼ੀਰਵਾਦ ਹੈ ਸਮੁੱਚੇ ਸੰਗਤ ਦੇ ਉੱਤੇ ਹੈ, ਔਰ ਇਹ ਜਿਹੜਾ ਮੇਲਾ ਨੌਰਥ ਇੰਡੀਆ ਦਾ ਸਭ ਨਾਲ ਵੱਡਾ ਮੇਲਾ ਜਿਹੜਾ ਉਸ ਰੂਪ ਦੇ ਵਿੱਚ ਇਹਨੂੰ ਦੇਖਿਆ ਜਾਂਦਾ। ਸੋ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੋਂ ਬਾਅਦ ਬਾਬਾ ਜੀ ਦੇ ਦਰਬਾਰ 'ਚ ਖੁਸ਼ੀਆਂ ਖੁਸ਼ੀਆਂ ਆ ਕੇ ਢੋਲ ਵਾਜਿਆਂ ਦੇ ਨਾਲ ਆ ਕੇ ਆਪਣੀਆਂ ਜਿਹੜੀਆਂ ਮੰਨਤਾਂ ਉਹਨਾਂ ਲਈ ਬਾਬਾ ਜੀ ਦਾ ਆਸ਼ੀਰਵਾਦ ਲੈਣ ਦੇ ਲਈ ਪਹੁੰਚਦੀਆਂ। ਸੋ ਮੈਂ ਸਮੁੱਚੇ ਜਲੰਧਰ ਔਰ ਪੰਜਾਬ ਦੇ ਨਿਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ 15 ਔਰ 17 ਸਪਤੰਬਰ ਵਾਲਾ ਜਿਹੜਾ ਦਿਨ ਹੈ ਇਹ ਬੜਾ ਵਿਸ਼ੇਸ਼ ਦਿਨ ਹੈ ਸਾਡੇ ਸਾਰਿਆਂ ਦੇ ਲਈ।
ਸੋ ਅਸੀਂ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਲਈਏ, ਗੁਰੂ ਘਰ ਦੀਆਂ ਖੁਸ਼ੀਆਂ ਮਾਣੀਏ, ਔਰ ਸਿੱਧ ਬਾਬਾ ਸੋਢਲ ਜੀ ਮਹਾਰਾਜ ਉਹਨਾਂ ਦਾ ਆਸ਼ੀਰਵਾਦ ਸਾਡੇ ਜੀਵਨ ਦੇ ਵਿੱਚ ਸਦਾ ਬਣਾ ਰਹੇ, ਇਸ ਕਰਕੇ ਅਸੀਂ ਸਾਰੇ ਪਹੁੰਚ ਕੇ ਜਿਹੜਾ ਉਹਨਾਂ ਦਾ ਆਸ਼ੀਰਵਾਦ ਲਈਏ, ਔਰ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਸਮੁੱਚੀ ਸਭਾ ਦਾ, ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਬੜੇ ਵਿਸ਼ਾਲ ਰੂਪ ਦੇ ਵਿੱਚ ਜਿਹੜਾ ਇਸ ਸਮਾਗਮ ਨੂੰ ਮਨਾਉਣ ਦੇ ਲਈ ਜਿਹੜਾ ਮਿਹਨਤ ਕਰਦੇ ਆ, ਸਾਰੇ ਪ੍ਰਬੰਧ ਕਰਦੇ ਆ। ਸੋ ਇੱਕ ਵਾਰੀ ਫਿਰ ਐਡਵਾਂਸ ਤੋਂ ਮੇਰੇ ਵੱਲੋਂ, ਮੇਰੇ ਪਰਿਵਾਰ ਵੱਲੋਂ ਆਪ ਸਭ ਸੰਗਤਾਂ ਨੂੰ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਆਉਣ ਵਾਲੇ ਮੇਲੇ ਭੰਡਾਰੇ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ